ਟੋਰਾਂਟੋ ਦੇ ਇੱਕ ਮਸਜਿਦ ਦੇ ਬਾਹਰ ਇੱਕ ਹਮਲਾਵਰ ਨੇ ਚਾਕੂ ਮਾਰ ਕੇ ਇੱਕ ਵਲੰਟੀਅਰ ਦੀ ਹੱਤਿਆ ਕਰ ਦਿੱਤੀ ਹੈ। ਸਥਾਨਕ ਪੁਲਿਸ ਨੇ ਮ੍ਰਿਤਕ ਦੀ ਪਛਾਣ 58 ਸਾਲਾ ਮੁਹੰਮਦ ਅਸਲਮ ਜਾਫਿਸ ਵਜੋਂ ਕੀਤੀ ਹੈ, ਜਿਸ ਨੂੰ ਰੈਕਸਡੇਲ ਬਲਵਰਡ ਅਤੇ ਬਰਨਕੋਟ ਏਵ ਇੰਟਰਨੈਸ਼ਨਲ ਮੁਸਲਿਮ ਆਰਗੇਨਾਈਜੇਸ਼ਨ ਦੀ ਮਸਜਿਦ ਵਿੱਚ ਮ੍ਰਿਤਕ ਐਲਾਨ ਕੀਤਾ ਗਿਆ। ਪੁਲਿਸ ਅਨੁਸਾਰ ਉਕਤ ਵਿਅਕਤੀ ਮਸਜਿਦ ਵਿੱਚ ਇੱਕ ਕੇਅਰ ਟੇਕਰ ਵਜੋਂ ਕੰਮ ਕਰ ਰਿਹਾ ਸੀ ਅਤੇ ਸਾਹਮਣੇ ਦਰਵਾਜ਼ੇ ਦੇ ਬਾਹਰ ਕੁਰਸੀ ਤੇ ਬੈਠਾ ਸੀ, ਜਿਸ ਦਾ ਕੰਮ ਕੋਵਿਡ-19 ਸਿਹਤ ਨਿਯਮਾਂ ਦੀ ਪਾਲਣਾ ਕਰਵਾਉਣਾ ਸੀ। ਇੱਕ ਹਮਲਾਵਰ ਜਾਫਿਸ ਕੋਲ ਆਇਆ ਤੇ ਉਸਤੇ ਹਮਲਾ ਕਰ ਦਿੱਤਾ। ਕੈਨੇਡੀਅਨ ਮੁਸਲਮਾਨਾਂ ਨੇ ਨੈਸ਼ਨਲ ਕੌਂਸਲ ਨੇ ਸੋਸ਼ਲ ਮੀਡੀਆ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਤਵਾਰ ਦੁਪਹਿਰ ਨੂੰ ਇੱਕ ਟਵੀਟ ਰਾਹੀਂ ਸੰਕੇਤ ਦਿੱਤਾ ਕਿ ਮਸਜਿਦ ਦੇ ਦਰਵਾਜ਼ੇ ਉਦੋਂ ਤੱਕ ਨਹੀਂ ਖੁੱਲ੍ਹਣਗੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ।